ਗੱਲ ਅੱਜ ਲਾਲ ਲਾਲ ਟਮਾਟਰਾਂ ਦੀ ਕਰਨ ਜਾ ਰਹੇ ਹਾਂ। ਟਮਾਟਰ ਹਰ ਇੱਕ ਘਰ ਵਿੱਚ, ਹਰ ਇੱਕ ਰਸੋਈ ਵਿੱਚ ਹੁੰਦਾ ਹੈ। ਆਪਾਂ ਸਬਜ਼ੀ ਨੂੰ ਚਾਹੇ ਤੜਕਾ ਲਗਾਉਣ ਦੀ ਗੱਲ ਕਰੀਏ, ਚਾਹੇ ਕਿ ਸਲਾਦ ਦੀ ਗੱਲ ਕਰੀਏ, ਤਾਂ ਸਲਾਦ ਦੀ ਪਲੇਟ ਨੂੰ ਵੀ ਜੋ ਹੈ ਸਜਾ ਦਿੰਦਾ ਟਮਾਟਰ। ਅਤੇ ਕਈਆਂ ਨੂੰ ਤਾਂ ਟਮਾਟਰ ਦੀ ਚਟਨੀ ਬਣਾ ਕੇ ਖਾਣਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ। ਅਤੇ ਸਿਰਫ ਟੇਸਟ ਹੀ ਨਹੀਂ, ਇਹ ਸਾਨੂੰ ਬਹੁਤ ਸਾਰੇ ਫਾਇਦੇ ਵੀ ਦੇ ਰਿਹਾ ਸਾਡੀ ਸਿਹਤ ਨਾਲ ਜੁੜੇ ਹੋਏ। ਅਤੇ ਅੱਜ ਉਸੇ ਦੇ ਉੱਪਰ ਗੱਲ ਕਰਾਂਗੇ ਕਿ ਟਮਾਟਰ ਖਾਣ ਦੇ ਕੀ ਫਾਇਦੇ ਨੇ, ਔਰ ਕਿਹਨਾਂ ਨੂੰ ਟਮਾਟਰ ਖਾਣ ਤੋਂ ਥੋੜ੍ਹਾ ਧਿਆਨ ਵੀ ਰੱਖਣਾ ਚਾਹੀਦਾ ਹੈ, ਕਿੰਨੇ ਕੁ ਟਮਾਟਰ ਖਾਣੇ ਚਾਹੀਦੇ ਨੇ, ਔਰ ਕੀ ਸਾਵਧਾਨੀਆਂ ਵੀ ਰੱਖਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ, ਦੇਖੋ ਜਿਹੜਾ ਟਮਾਟਰ ਹੈ ਗੁਣਾਂ ਦੇ ਨਾਲ ਭਰਪੂਰ ਹੈ। ਇਸਦੇ ਵਿੱਚ ਬਹੁਤ ਚੰਗੀ ਮਾਤਰਾ ਦੇ ਵਿੱਚ ਵਿਟਾਮਿਨ ਏ ਹੈ, ਵਿਟਾਮਿਨ ਕੇ ਹੈ। ਅਗਰ ਆਪਾਂ ਵਿਟਾਮਿਨ ਬੀ ਦੀ ਗੱਲ ਕਰੀਏ ਤਾਂ ਢੇਰ ਸਾਰੇ ਵਿਟਾਮਿਨ ਬੀ ਕੰਪਲੈਕਸ ਇਸਦੇ ਵਿੱਚ ਮੌਜੂਦ ਨੇ, ਜਿਵੇਂ ਕਿ ਵਿਟਾਮਿਨ B1, B2, B3, B5, B6, B7, ਔਰ ਵਿਟਾਮਿਨ ਸੀ ਵੀ ਇਸ ਵਿੱਚ ਬਹੁਤ ਚੰਗੀ ਮਾਤਰਾ 'ਚ ਮਿਲ ਜਾਏਗਾ। ਉਸ ਤੋਂ ਬਾਅਦ ਆਪਾਂ ਮਿਨਰਲਸ ਦੀ ਗੱਲ ਕਰ ਲੈਂਦੇ ਹਾਂ, ਤਾਂ ਇਸਦੇ ਵਿੱਚ ਆਇਰਨ ਹੈ, ਇਸਦੇ ਵਿੱਚ ਤੁਹਾਨੂੰ ਪੋਟਾਸ਼ੀਅਮ ਵੀ ਮਿਲ ਜਾਏਗਾ, ਫੋਲੇਟ ਹੈ, ਮੈਗਨੀਸ਼ੀਅਮ ਹੈ, ਕੈਲਸ਼ੀਅਮ ਹੈ। ਔਰ ਦੇਖੋ ਇਹੀ ਸਭ ਚੀਜ਼ਾਂ ਦੀ ਸਾਨੂੰ ਰਿਕੁਆਇਰਮੈਂਟ ਰਹਿੰਦੀ ਹੈ ਕਿ ਅਸੀਂ ਆਪਣੀ ਬੋਡੀ ਵਿੱਚ ਵਿਟਾਮਿਨਸ ਔਰ ਮਿਨਰਲਸ ਦੀ ਸਹੀ ਮਾਤਰਾ ਜ਼ਰੂਰ ਬਣਾ ਕੇ ਰੱਖ ਸਕੀਏ। ਸੋ ਇਸਦੇ ਵਿੱਚ ਪ੍ਰੋਟੀਨ, ਫਾਈਬਰ ਔਰ ਕਾਰਬਸ ਵੀ ਤੁਹਾਨੂੰ ਮਿਲ ਰਹੇ ਨੇ, ਔਰ ਫਾਈਬਰ ਤਾਂ ਸਾਡੀ ਬੋਡੀ ਨੂੰ ਹਰ ਹਾਲ ਦੇ ਵਿੱਚ ਚੰਗੀ ਮਾਤਰਾ ਵਿੱਚ ਚਾਹੀਦਾ ਹੀ ਚਾਹੀਦਾ ਹੈ। ਆਪਾਂ ਇੱਥੇ ਵੱਖ ਵੱਖ ਹੈਲਥ ਇਸ਼ੂਜ਼ ਉੱਪਰ ਗੱਲ ਕਰਾਂਗੇ, ਕਿੱਥੇ ਕਿੱਥੇ ਟਮਾਟਰ ਖਾਣਾ ਤੁਹਾਡੇ ਲਈ ਬਹੁਤ ਚੰਗਾ ਫਾਇਦੇਮੰਦ ਰਹਿ ਸਕਦਾ, ਔਰ ਸਪੈਸ਼ਲੀ ਜਦੋਂ ਤੁਸੀਂ ਖਾਲੀ ਪੇਟ ਟਮਾਟਰ ਖਾਂਦੇ ਹੋ ਨਾ, ਤਾਂ ਇਸਦੇ ਤੁਹਾਨੂੰ ਢੇਰ ਸਾਰੇ ਫਾਇਦੇ ਮਿਲਣਗੇ। ਕਿਹੜੇ ਕਿਹੜੇ ਹੈਲਥ ਇਸ਼ੂਜ਼ ਵਿੱਚ, ਉਸਦੀ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ, ਕਈਆਂ ਦੇ ਪੇਟ ਵਿੱਚ ਗਰਮੀ ਹੋ ਜਾਂਦੀ ਹੈ, ਅਕਸਰ ਇਹ ਪ੍ਰੋਬਲਮ ਕਈਆਂ ਨੂੰ ਰਹਿੰਦੀ ਹੈ। ਸੋ ਉਹ ਪਰਸਨ ਜਿਨ੍ਹਾਂ ਨੂੰ ਪੇਟ ਵਿੱਚ ਗਰਮੀ ਹੋਣ ਦੀ ਪ੍ਰੋਬਲਮ ਰਹਿੰਦੀ ਹੈ, ਉਹ ਸਵੇਰੇ ਇੱਕ ਟਮਾਟਰ ਖਾਲੀ ਪੇਟ ਅਗਰ ਖਾਂਦੇ ਨੇ, ਤਾਂ ਉਸਦੇ ਨਾਲ ਉਹਨਾਂ ਨੂੰ ਕਾਫੀ ਆਰਾਮ ਮਿਲਣ ਵਾਲਾ। ਸੋ ਇਸਦੇ ਨਾਲ ਫਾਈਬਰ ਜਾਏਗਾ, ਤਾਂ ਤੁਹਾਡੀ ਬੋਡੀ ਦਾ ਡਾਈਜੈਸ਼ਨ ਸਿਸਟਮ ਸਹੀ ਢੰਗ ਨਾਲ ਕੰਮ ਕਰ ਪਾਏਗਾ, ਔਰ ਇਸਦੇ ਜਿੰਨੇ ਵੀ ਵਿਟਾਮਿਨਸ ਔਰ ਮਿਨਰਲਸ ਨੇ ਉਹ ਓਵਰਆਲ ਹੈਲਥ 'ਤੇ ਵੀ ਕੰਮ ਕਰਦੇ ਨੇ। ਜਿਨ੍ਹਾਂ ਦੇ ਪੇਟ ਵਿੱਚ ਕੀੜਿਆਂ ਦੀ ਪ੍ਰੋਬਲਮ ਹੁੰਦੀ ਹੈ ਨਾ, ਉਹ ਵੀ ਜੋ ਹੈ ਖਾਲੀ ਪੇਟ ਟਮਾਟਰ ਖਾਣਗੇ। ਪਰ ਜਿਹੜਾ ਤੁਸੀਂ ਉਦੋਂ ਕੀੜੇ ਮਾਰਨ ਲਈ ਅਗਰ ਟਮਾਟਰ ਖਾਣਾ, ਤਾਂ ਉਸ ਉੱਪਰ ਤੁਸੀਂ ਕਾਲੀ ਮਿਰਚ ਵੀ ਜ਼ਰੂਰ ਪੀਸ ਕੇ ਪਾ ਲਓ, ਔਰ ਇਹ ਤੁਸੀਂ ਰੈਗੂਲਰ ਉਦੋਂ ਤੱਕ ਖਾ ਸਕਦੇ ਹੋ ਜਦ ਤੱਕ ਤੁਹਾਨੂੰ ਲੱਗਦਾ ਕਿ ਹੁਣ ਪੇਟ ਦੇ ਵਿੱਚ ਕੀੜੇ ਖਤਮ ਹੋ ਗਏ ਨੇ। ਸੋ ਟਮਾਟਰ ਅਗਰ ਅਸੀਂ ਕਾਲੀ ਮਿਰਚ ਦੇ ਨਾਲ ਖਾਂਦੇ ਹਾਂ, ਸਾਡਾ ਮੈਟਾਬੋਲਿਜ਼ਮ ਵੀ ਇਸਦੇ ਨਾਲ ਫਾਸਟ ਹੋ ਜਾਂਦਾ ਹੈ। ਖਾਸ ਤੌਰ 'ਤੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਨਾ, ਥਾਇਰਾਇਡ ਦੀ ਪ੍ਰੋਬਲਮ ਹੈ, ਥਾਇਰਾਇਡ ਦੀ ਪ੍ਰੋਬਲਮ ਦੇ ਵਿੱਚ ਮੈਟਾਬੋਲਿਜ਼ਮ ਬੜਾ ਹੀ ਸਲੋ ਹੋ ਜਾਂਦਾ ਹੈ। ਅਸੀਂ ਅਗਰ ਘੱਟ ਵੀ ਖਾਂਦੇ ਹਾਂ, ਤਾਂ ਉਸਦੇ ਨਾਲ ਜੋ ਹੈ ਮੋਟਾਪਾ ਜ਼ਿਆਦਾ ਹੋਣ ਲੱਗ ਜਾਂਦਾ ਥਾਇਰਾਇਡ ਦੀ ਪ੍ਰੋਬਲਮ ਵਿੱਚ। ਉਸਦਾ ਰੀਜ਼ਨ ਇਹੀ ਹੁੰਦਾ ਕਿ ਸਾਡਾ ਮੈਟਾਬੋਲਿਜ਼ਮ ਜਿਹੜਾ ਸਲੋ ਹੋ ਚੁੱਕਿਆ ਹੁੰਦਾ ਹੈ, ਡਾਈਜੈਸ਼ਨ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੁੰਦਾ, ਅਤੇ ਉੱਥੇ ਤਾਂ ਐਵੇਂ ਲੱਗਦਾ ਕਿ ਪਾਣੀ ਪੀਤਾ ਵੀ ਲੱਗ ਰਿਹਾ ਹੈ। ਸੋ ਸਿਰਫ ਥਾਇਰਾਇਡ ਦੀ ਗੱਲ ਨਾ ਕਰੀਏ, ਤਾਂ ਜਿਹੜੇ ਆਪਣਾ ਵਜ਼ਨ ਵੀ ਘਟਾਉਣਾ ਚਾਹੁੰਦੇ ਨੇ, ਮੋਟਾਪਾ ਘਟਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ ਢੰਗ ਹੈ ਕਿ ਤੁਸੀਂ ਟਮਾਟਰ ਕੱਟ ਕੇ ਉਸ ਉੱਪਰ ਕਾਲੀ ਮਿਰਚ ਛਿੜਕ ਕੇ ਖਾਓ, ਤਾਂ ਤੁਸੀਂ ਖੁਦ ਦੇਖੋਗੇ ਉਸਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਫਰਕ ਮਹਿਸੂਸ ਹੋਏਗਾ। ਤਾਂ ਗਰਮੀਆਂ ਦੇ ਵਿੱਚ ਤੁਸੀਂ ਇੱਕ ਵਧੀਆ ਡਰਿੰਕ ਵੀ ਦੇਖੋ, ਇਹ ਵੀ ਕਿਹਾ ਜਾਂਦਾ ਕਿ ਜਿਸਨੇ ਆਪਣਾ ਵਜ਼ਨ ਘਟਾਉਣਾ ਹੈ, ਤਾਂ ਉਹ ਜੋ ਹੈ ਟਮਾਟਰ ਦਾ ਤੁਸੀਂ ਰਸ ਕੱਢ ਲਓ, ਔਰ ਮਤਲਬ ਗ੍ਰਾਇੰਡ ਕਰਕੇ ਇਸਨੂੰ ਚੰਗੀ ਤਰ੍ਹਾਂ 2-3 ਟਮਾਟਰ ਪਾ ਕੇ ਤੁਸੀਂ ਇਸਨੂੰ ਗ੍ਰਾਇੰਡ ਕਰ ਲਓ ਅੱਛੀ ਤਰ੍ਹਾਂ ਨਾਲ, ਥੋੜ੍ਹਾ ਪਾਣੀ ਵੀ ਉਸ 'ਚ ਪਾ ਕੇ ਉਹਨੂੰ ਅੱਛੀ ਤਰ੍ਹਾਂ ਗ੍ਰਾਇੰਡ ਕਰਨ ਤੋਂ ਬਾਅਦ ਤੁਸੀਂ ਇਸਨੂੰ ਛਾਣ ਲਓ, ਅਤੇ ਉਸ ਛਾਣਨ ਦੇ ਨਾਲ ਕੀ ਹੋਏਗਾ, ਉਸਦੇ ਬੀਜ ਵਗੈਰਾ ਨਿਕਲ ਜਾਣਗੇ, ਅਤੇ ਜਿਹੜਾ ਪਾਣੀ ਹੈ ਇਹ ਤੁਹਾਡਾ ਜਿਹੜਾ ਜੂਸ ਰੈਡੀ ਹੋ ਗਿਆ। ਇਸਦੇ ਵਿੱਚ ਤੁਸੀਂ ਜ਼ਰੂਰ ਥੋੜ੍ਹਾ ਜਿਵੇਂ ਪੁਦੀਨੇ ਦੇ ਪੱਤੇ ਵੀ ਜਦੋਂ ਗ੍ਰਾਇੰਡ ਕਰ ਰਹੇ ਹੋ, ਪੁਦੀਨੇ ਦੇ ਪੱਤੇ ਜਾਂ ਧਨੀਆ ਵੀ ਮਿਕਸ ਕਰ ਸਕਦੇ ਹੋ, ਅਤੇ ਇਹ ਜਿਹੜਾ ਤੁਸੀਂ ਛਾਣ ਕੇ ਬਣਿਆ ਤੁਹਾਡੇ ਕੋਲ ਗਲਾਸ ਜੂਸ ਬਣ ਗਿਆ, ਤੁਸੀਂ ਪੀਓਗੇ, ਤਾਂ ਇਸਦੇ ਨਾਲ ਵੀ ਜਿਨ੍ਹਾਂ ਨੇ ਵੇਟ ਲੋਸ ਕਰਨਾ ਹੈ, ਵਜ਼ਨ ਘਟਾਉਣਾ, ਮੋਟਾਪਾ ਘਟਾਉਣਾ, ਉਹਨਾਂ ਨੂੰ ਬਹੁਤ ਫਾਇਦਾ ਮਿਲ ਸਕਦਾ ਹੈ। ਛਾਣੇ ਆਪਾਂ ਤਾਂ ਹੈ ਕਿਉਂਕਿ ਜਦੋਂ ਆਪਾਂ 3-4 ਟਮਾਟਰ ਯੂਜ਼ ਕਰਾਂਗੇ, ਤਾਂ ਉਸਦੇ ਬੀਜ ਵੀ ਉਹਨੇ ਜ਼ਿਆਦਾ ਹੋ ਜਾਂਦੇ ਨੇ, ਅਤੇ ਇਸ ਲਈ ਆਪਾਂ ਇਸਨੂੰ ਛਾਣ ਲਿਆ ਤਾਂ ਕਿ ਬੀਜ ਸੈਪਰੇਟ ਹੋ ਜਾਣ, ਉਸਦਾ ਜੂਸ
ਔਰ ਜਿਹੜਾ ਜੂਸ ਇਹ ਬਣਿਆ ਹੈਗਾ ਉਸਦੇ ਵਿੱਚ ਸਾਰੇ ਹੀ ਵਿਟਾਮਿਨਸ ਔਰ ਮਿਨਰਲਸ ਸਾਨੂੰ ਚੰਗੀ ਮਾਤਰਾ ਵਿੱਚ ਮਿਲ ਗਏ ਨੇ। ਔਰ ਦੇਖੋ ਜਿਵੇਂ ਮੈਂ ਹਮੇਸ਼ਾ ਗੱਲ ਕਰਦੀ ਹਾਂ, ਕੁਦਰਤ ਨੇ ਸਾਨੂੰ ਇਹ ਸਾਰੀਆਂ ਐਸੀਆਂ ਚੀਜ਼ਾਂ ਦਿੱਤੀਆਂ ਜਿਸ ਵਿੱਚ ਭਰ ਭਰ ਕੇ ਮਲਟੀ ਵਿਟਾਮਿਨਸ ਨੇ। ਔਰ ਅਗਰ ਅਸੀਂ ਡੇਲੀ ਕੋਈ ਨਾ ਕੋਈ ਚੀਜ਼ ਸਵੇਰੇ ਆਪਣੀ ਹੈਲਦੀ ਫਰੈਸ਼ ਖਾਂਦੇ ਹਾਂ ਤਾਂ ਸਾਨੂੰ ਆਟੋਮੈਟਿਕਲੀ ਸਾਰੇ ਹੀ ਵਿਟਾਮਿਨਸ ਮਿਨਰਲਸ ਮਿਲ ਜਾਂਦੇ ਨੇ। ਸੋ ਤੁਸੀਂ ਇੱਕ ਗਲਾਸ ਜਦੋਂ ਭਰ ਕੇ ਜੂਸ ਪੀਂਦੇ ਹੋ ਤੁਹਾਡੀ ਨਜ਼ਰ, ਅਗਰ ਬੱਚਾ ਹੈ ਕੋਈ ਉਸਨੂੰ ਪਿਲਾ ਸਕਦੇ ਹੋ, ਤੁਸੀਂ ਨਜ਼ਰ ਕਿਸੇ ਦੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਹੈ ਜਾਂ ਅੱਖਾਂ ਨੂੰ ਲੈ ਕੇ ਕੋਈ ਵੀ ਪਰੇਸ਼ਾਨੀ ਪ੍ਰੋਬਲਮ ਚੱਲ ਰਹੀ ਹੈ ਤਾਂ ਇਹ ਤੁਹਾਡੀ ਆਈਸਾਈਟ ਲਈ ਵੀ ਬਹੁਤ ਅੱਛਾ ਰਹੇਗਾ, ਤੁਹਾਡੀ ਸਕਿਨ ਦੇ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਔਰ ਨਾਲ ਦੀ ਨਾਲ ਤੁਹਾਡੇ ਹੇਅਰਸ ਲਈ ਵੀ ਅੱਛਾ ਹੈ ਔਰ ਓਵਰਆਲ ਤੁਹਾਡੀ ਹੈਲਥ ਇਸਦੇ ਨਾਲ ਅੱਛੀ ਬਣਨ ਹੀ ਵਾਲੀ ਹੈ। ਜਿਨ੍ਹਾਂ ਦੀ ਇਮਿਊਨਿਟੀ ਵੀਕ ਰਹਿੰਦੀ ਹੈ ਨਾ ਉਹ ਵੀ ਜ਼ਰੂਰ ਇਹ ਜੂਸ ਪੀ ਸਕਦੇ ਨੇ। ਜੂਸ ਨਹੀਂ ਵੀ ਪੀਤਾ ਜਾਂਦਾ ਤਾਂ ਟਮਾਟਰ ਤਾਂ ਤੁਸੀਂ ਜ਼ਰੂਰ ਖਾਓ ਹੀ ਖਾਓ। ਪੇਟ ਦੇ ਕੀੜੇ ਖਤਮ ਕਰਨ ਦੀ ਤਾਂ ਆਪਾਂ ਗੱਲ ਕਰ ਦਿੱਤੀ ਹੈ, ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਡਾਇਬਿਟੀਜ਼ ਦੀ ਪ੍ਰੋਬਲਮ ਹੈ, ਦੰਦਾਂ ਦੀ ਕੋਈ ਦਰਦ ਹੈ, ਮਸੂੜਿਆਂ ਵਿੱਚ ਕੋਈ ਦਰਦ ਹੁੰਦਾ ਹੈ, ਉਸਦੇ ਵਿੱਚ ਬਹੁਤ ਚੰਗਾ ਰਹਿਣ ਵਾਲਾ ਹੈ। ਦਿਲ ਦੇ ਲਈ, ਦਿਲ ਦੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਕੋਲੈਸਟਰੋਲ ਲੈਵਲ ਜਿਨ੍ਹਾਂ ਦੇ ਵਧੇ ਹੋਏ ਨੇ ਉਸਨੂੰ ਬੈਲੈਂਸ ਕਰਨ ਦੇ ਵਿੱਚ ਵੀ ਟਮਾਟਰ ਤੁਹਾਡੀ ਮਦਦ ਜ਼ਰੂਰ ਕਰੇਗਾ। ਅੱਖਾਂ ਦੇ ਲਈ ਇੱਕ ਬਹੁਤ ਵਧੀਆ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਲਈ ਆਪਾਂ ਟਮਾਟਰ ਨੂੰ ਮੰਨ ਸਕਦੇ ਹਾਂ, ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਇਸਦੇ ਵਿੱਚ ਵਿਟਾਮਿਨ ਏ ਹੈ। ਵਿਟਾਮਿਨ ਏ ਦੇਖੋ ਲਾਲ ਰੰਗ ਹੈ ਜਿਹੜਾ ਟਮਾਟਰ ਦਾ, ਇਹ ਸਾਫ਼ ਤੌਰ 'ਤੇ ਵਿਟਾਮਿਨ ਏ ਹੈ ਔਰ ਸਾਡੀ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ ਆਪਣੀ ਡਾਇਟ ਵਿੱਚ ਵਿਟਾਮਿਨ ਏ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਔਰ ਵਿਟਾਮਿਨ ਬੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਵਿਟਾਮਿਨ ਬੀ ਸਾਨੂੰ ਇਸਦੇ ਵਿੱਚ ਮਿਲ ਰਹੇ ਨੇ ਤਾਂ ਇਹ ਸਾਰੇ ਐਂਟੀਆਕਸੀਡੈਂਟ ਵੀ ਹੁੰਦੇ ਨੇ ਜੋ ਕਿ ਸਾਡੀ ਬੋਡੀ ਵਿੱਚੋਂ ਫ੍ਰੀ ਰੈਡੀਕਲਸ ਨੂੰ ਬੋਡੀ ਤੋਂ ਬਾਹਰ ਕਰਦੇ ਰਹਿੰਦੇ ਨੇ। ਸੋ ਅੱਖਾਂ ਲਈ ਵਧੀਆ। ਔਰ ਦੇਖੋ ਇਸਦੇ ਵਿੱਚ ਕੁਝ ਅਜਿਹੇ ਗੁਣ ਵੀ ਪਾਏ ਜਾਂਦੇ ਨੇ ਜੋ ਕੈਂਸਰ ਵਰਗੀ ਪ੍ਰੋਬਲਮ ਨੂੰ ਵੀ ਪੈਦਾ ਨਹੀਂ ਹੋਣ ਦਿੰਦੇ ਬੋਡੀ ਵਿੱਚ। ਜਿਹੜੇ ਪਰਸਨ ਹਰ ਰੋਜ਼ ਇੱਕ ਟਮਾਟਰ ਤਾਂ ਖਾਂਦੇ ਹੀ ਨੇ ਉਹਨਾਂ ਨੂੰ ਜੋ ਹੈ ਕੈਂਸਰ, ਜਿਹੜੀ ਕੈਂਸਰ ਵਰਗੀ ਬਿਮਾਰੀ ਉਹ ਹਮੇਸ਼ਾ ਉਸ ਤੋਂ ਦੂਰ ਰਹਿ ਸਕਦੇ ਨੇ। ਸੋ ਜ਼ਰੂਰ ਸਾਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਟਮਾਟਰ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਕੱਚਾ ਟਮਾਟਰ ਆਪਾਂ ਇੱਥੇ ਖਾਣ ਦੀ ਗੱਲ ਕਰ ਰਹੇ ਹਾਂ ਕਿਉਂਕਿ ਜਦੋਂ ਅਸੀਂ ਪਕਾ ਲੈਂਦੇ ਹਾਂ ਕਿਸੇ ਸਬਜ਼ੀ ਨੂੰ ਤਾਂ ਉਸਦੇ ਵਿੱਚ ਜਿੰਨੇ ਵੀ ਵਾਟਰ ਸੋਲਿਬਲ ਵਿਟਾਮਿਨਸ ਹੁੰਦੇ ਨੇ, ਵਿਟਾਮਿਨ ਬੀ ਕੰਪਲੈਕਸ ਦੀ ਆਪਾਂ ਜਿਵੇਂ ਗੱਲ ਕੀਤੀ ਹੈ ਜਾਂ ਆਪਾਂ ਵਿਟਾਮਿਨ ਸੀ ਦੀ ਗੱਲ ਕਰਦੇ ਹਾਂ, ਸੋ ਪਕਾਉਣ ਤੋਂ ਬਾਅਦ ਇਹ ਸਾਰੇ ਕੁਝ ਵਿਟਾਮਿਨਸ ਉਸ 'ਚੋਂ ਖਤਮ ਹੋ ਚੁੱਕੇ ਹੁੰਦੇ ਨੇ। ਅਤੇ ਵੈਸੇ ਵੀ ਜਦੋਂ ਆਪਾਂ ਸਬਜ਼ੀ ਬਣਾਉਂਦੇ ਹਾਂ ਤਾਂ ਇੱਕ ਟਮਾਟਰ ਆਪਾਂ ਇੱਕ ਟਾਈਮ ਦੀ ਸਬਜ਼ੀ ਲਈ ਵਰਤਦੇ ਹਾਂ, ਤੜਕੇ ਦੇ ਲਈ ਵਰਤਦੇ ਹਾਂ, ਤਾਂ ਉਹ ਕਿੰਨੀ ਕੁਆਂਟਿਟੀ ਵਿੱਚ ਜੋ ਹੈ ਮਿਕਸ ਹੋ ਜਾਂਦਾ ਹੈ। ਅਤੇ ਤੁਸੀਂ ਆਪਣੀ ਹੈਲਥ ਪਰਪਜ਼ ਲਈ ਅਗਰ ਖਾਣਾ ਚਾਹੁੰਦੇ ਹੋ ਟਮਾਟਰ ਤਾਂ ਇੱਕ ਟਮਾਟਰ ਖੁਦ ਤੁਸੀਂ ਆਪਣਾ ਖਾਣਾ ਹੈ। ਸਵੇਰੇ ਅਗਰ ਖਾਲੀ ਪੇਟ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਚੰਗੇ ਫਾਇਦੇ ਮਿਲ ਜਾਂਦੇ ਨੇ। ਸਵੇਰੇ ਖਾਲੀ ਪੇਟ ਨਹੀਂ ਖਾ ਪਾਉਂਦੇ ਹੋ ਤਾਂ ਜ਼ਰੂਰ ਆਪਣੇ ਖਾਣੇ ਦੇ ਵਿੱਚ ਸਲਾਦ ਦੇ ਤੌਰ 'ਤੇ ਖਾਣੇ ਤੋਂ ਥੋੜ੍ਹਾ ਚਿਰ ਪਹਿਲਾਂ ਖਾ ਲਓ। ਸ਼ਾਮ ਨੂੰ ਵੀ ਤੁਸੀਂ ਟਮਾਟਰ ਜ਼ਰੂਰ ਖਾ ਸਕਦੇ ਹੋ। ਸੋ ਇਮਿਊਨਿਟੀ ਬੂਸਟਰ ਹੈ, ਜਿਵੇਂ ਕਿ ਆਪਾਂ ਗੱਲ ਕੀਤੀ ਇਸ ਵਿੱਚ ਵਿਟਾਮਿਨ ਸੀ ਹੈ, ਤਾਂ ਵਿਟਾਮਿਨ ਸੀ ਆਪਣੇ ਆਪ ਵਿੱਚ ਬਹੁਤ ਚੰਗਾ ਐਂਟੀਆਕਸੀਡੈਂਟ ਹੈ ਤਾਂ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਕੇ ਰੱਖਦਾ ਹੈ। ਮੂੰਹ ਵਿੱਚ ਕਈਆਂ ਦੇ ਛਾਲੇ ਹੋ ਜਾਂਦੇ ਨੇ ਗਰਮੀਆਂ ਵਿੱਚ ਨਾ, ਜਿਨ੍ਹਾਂ ਨੂੰ ਵੀ ਮੂੰਹ ਦੇ ਵਿੱਚ ਛਾਲਿਆਂ ਦੀ ਪ੍ਰੋਬਲਮ ਹੁੰਦੀ ਹੈ ਉਹ ਵੀ ਇੱਥੇ ਟਮਾਟਰ ਅਗਰ ਰੈਗੂਲਰ ਖਾਂਦੇ ਨੇ ਤਾਂ ਇਹ ਪ੍ਰੋਬਲਮ ਠੀਕ ਹੋ ਸਕਦੀ ਹੈ। ਜਿਵੇਂ ਅਗਰ ਆਪਾਂ ਫੇਸ ਦੀ ਗੱਲ ਕਰੀਏ, ਕਈਆਂ ਦੇ ਫੇਸ 'ਤੇ ਪਿੰਪਲਸ ਨਿਕਲੇ ਆਉਂਦੇ ਨੇ ਗਰਮੀ ਕਰਕੇ, ਸਨਬਰਨ ਹੋ ਜਾਂਦਾ ਹੈ, ਤਾਂ ਉੱਥੇ ਤੁਸੀਂ ਟਮਾਟਰ ਕੱਟ ਕੇ ਉਹਨੂੰ ਆਪਣੇ ਫੇਸ ਉੱਪਰ ਰਗੜ ਸਕਦੇ ਹੋ ਔਰ ਜਿੰਨੇ ਵੀ ਮਿਨਰਲਸ ਨੇ, ਵਿਟਾਮਿਨਸ ਨੇ ਉਹ ਸਿੱਧਾ ਤੁਹਾਡੀ ਸਕਿਨ ਨੂੰ ਲੱਗਦੇ ਨੇ ਔਰ ਸਕਿਨ ਤੁਹਾਡੀ ਗਲੋਇੰਗ ਹੋਣ ਲੱਗੇਗੀ ਔਰ ਪਿੰਪਲਸ ਦੀ ਪ੍ਰੋਬਲਮ ਠੀਕ ਹੋਏਗੀ। ਜਿਨ੍ਹਾਂ ਨੂੰ ਬਲੈਮਿਸ਼ਿਸ ਦੀ ਪ੍ਰੋਬਲਮ ਹੈ ਉਹ ਵੀ ਅਗਰ ਜਿੱਥੇ ਬਲੈਮਿਸ਼ਿਸ ਨੇ ਟਮਾਟਰ ਲਗਾਉਂਦੇ ਨੇ ਉਹਦੇ ਉੱਪਰ ਰਗੜਦੇ ਆ ਜਾਂ ਉਸਦਾ ਛਿਲਕਾ ਉਤਾਰ ਕੇ ਉਸਦਾ ਰਸ ਨਿਕਾਲ ਕੇ ਤੁਸੀਂ ਫੇਸ 'ਤੇ ਲਗਾਉਂਦੇ ਹੋ ਤਾਂ ਉਸਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਣਗੇ। ਸੋ ਇੱਥੇ ਹੁਣ ਆਪਾਂ ਗੱਲ ਕਰ ਲਈਏ ਉਹਨਾਂ ਦੀ ਕਿ ਜਿਨ੍ਹਾਂ ਨੂੰ ਟਮਾਟਰ ਘੱਟ ਖਾਣਾ ਚਾਹੀਦਾ। ਦੇਖੋ
ਇੱਥੇ ਮੈਂ ਗੱਲ ਕਰਨਾ ਚਾਹੂੰਗੀ, ਹਰ ਇੱਕ ਚੀਜ਼ ਕੋਈ ਵੀ ਚੀਜ਼ ਹੈ ਉਸਦਾ ਫਾਇਦਾ ਸਾਨੂੰ ਤਾਂ ਹੀ ਮਿਲਦਾ ਜੇਕਰ ਅਸੀਂ ਲਿਮਿਟਿਡ ਮਾਤਰਾ ਵਿੱਚ ਖਾਂਦੇ ਹਾਂ। ਇਹ ਨਹੀਂ ਕਿ ਕਿਸੇ ਚੀਜ਼ ਤੋਂ ਸਾਨੂੰ ਫਾਇਦਾ ਮਿਲ ਰਿਹਾ ਤਾਂ ਭਰ ਭਰ ਕੇ ਉਹ ਚੀਜ਼ ਖਾਣੀ ਸ਼ੁਰੂ ਕਰ ਦਿਓ ਕਿ ਹਾਂ ਟਮਾਟਰ ਤੋਂ ਫਾਇਦਾ ਮਿਲ ਰਿਹਾ ਤਾਂ ਦਿਨ ਵਿੱਚ ਅਸੀਂ ਅੱਧਾ ਕਿਲੋ ਟਮਾਟਰ ਹੀ ਖਾ ਰਹੇ ਹਾਂ ਜਾਂ ਦਿਨ 'ਚ ਦੋ ਦੋ ਤਿੰਨ ਤਿੰਨ ਵਾਰ ਟਮਾਟਰ ਹੀ ਖਾਈ ਜਾ ਰਹੇ ਹਾਂ। ਇਸ ਤਰ੍ਹਾਂ ਨਾਲ ਵੀ ਨਹੀਂ ਕਰਨਾ ਕਿਉਂਕਿ ਬਹੁਤ ਜ਼ਿਆਦਾ ਅਗਰ ਤੁਸੀਂ ਟਮਾਟਰ ਖਾ ਲੈਂਦੇ ਹੋ ਤਾਂ ਟਮਾਟਰ ਦੇ ਵਿੱਚ ਦੇਖੋ ਉਸਦਾ ਬੀਜ ਵੀ ਹੁੰਦਾ, ਉਸਦੇ ਕਰਕੇ ਤੁਹਾਡੇ ਪੇਟ ਵਿੱਚ ਦਰਦ ਦੀ ਪ੍ਰੋਬਲਮ ਵੀ ਰਹਿ ਸਕਦੀ ਹੈ। ਔਰ ਖਾਸ ਤੌਰ 'ਤੇ ਅਗਰ ਆਪਾਂ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਕਈਆਂ ਨੂੰ ਸਟੋਨ ਦੀ ਪੱਥਰੀ ਦੀ ਪ੍ਰੋਬਲਮ ਰਹਿੰਦੀ ਹੈ ਨਾ, ਤਾਂ ਉਹ ਇਹ ਜ਼ਰੂਰ ਧਿਆਨ ਰੱਖਣ ਕਿ ਟਮਾਟਰ ਖਾਣ ਵੇਲੇ ਇਸਦੇ ਬੀਜ ਪਹਿਲਾਂ ਤੁਸੀਂ ਕੱਟ ਦਿਓ, ਬੀਜ ਘੱਟ ਤੋਂ ਘੱਟ ਹੀ ਤੁਸੀਂ ਯੂਜ਼ ਕਰੋ। ਜਾਂ ਜਿਸ ਨੇ ਟਮਾਟਰ ਜ਼ਿਆਦਾ ਵੀ ਖਾਣਾ ਹੈ ਨਾ, ਖਾਣਾ ਚਾਹੁੰਦਾ ਹੈ ਕਿ ਮੈਂ ਸਵੇਰੇ ਵੀ ਖਾ ਲਾਂ ਦੁਪਹਿਰੇ ਵੀ ਖਾਵਾਂ ਰਾਤ ਨੂੰ ਖਾਵਾਂ, ਤਾਂ ਤੁਸੀਂ ਜ਼ਰੂਰ ਜਿਹੜੇ ਟਮਾਟਰ ਦੇ ਬੀਜ ਨੇ ਉਹ ਕੱਟ ਦਿਓ, ਘੱਟ ਤੋਂ ਘੱਟ ਟਮਾਟਰ ਦੇ ਬੀਜ ਤੁਸੀਂ ਖਾਣਾ ਕਿਉਂਕਿ ਇਹ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਡਾਈਜਸਟ ਨਹੀਂ ਹੋ ਪਾਉਂਦੇ ਨੇ ਅਤੇ ਫਿਰ ਕਈ ਵਾਰੀ ਇਹ ਪੇਟ ਦਰਦ ਦਾ ਕਾਰਨ ਵੀ ਬਣ ਜਾਂਦੇ ਨੇ। ਸੋ ਟਮਾਟਰ ਨੋਰਮਲੀ ਅਸੀਂ ਸਾਰੇ ਖਾਂਦੇ ਹਾਂ ਪਰ ਆਪਣੇ ਹੈਲਥ ਪਰਪਸ ਲਈ ਖਾਣਾ ਹੈ ਤਾਂ ਜ਼ਰੂਰ ਤੁਸੀਂ ਸਵੇਰੇ ਖਾਲੀ ਪੇਟ ਟਮਾਟਰ ਖਾਣ ਦੀ ਆਦਤ ਪਾਓ ਤਾਂ ਤੁਹਾਡਾ ਜਿਹੜਾ ਚਿਹਰਾ ਹੈ ਉਹ ਵੀ ਟਮਾਟਰ ਦੀ ਤਰ੍ਹਾਂ ਲਾਲ ਹੋਣਾ ਸ਼ੁਰੂ ਹੋ ਜਾਏਗਾ। ਸੋ ਰੈਗੂਲਰ ਖਾਓ, ਵਜ਼ਨ ਵੀ ਘਟੇਗਾ ਔਰ ਤੁਹਾਡਾ ਡਾਈਜੈਸ਼ਨ ਵੀ ਵਧੀਆ ਰਹੇਗਾ, ਪੇਟ ਦੀ ਗਰਮੀ ਠੀਕ ਹੋ ਜਾਏਗੀ, ਮੂੰਹ ਦੇ ਛਾਲੇ ਠੀਕ ਹੋ ਜਾਣਗੇ, ਫੇਸ ਦੇ ਉੱਪਰ ਟਮਾਟਰ ਲਗਾਓਗੇ ਤਾਂ ਫੇਸ ਚਮਕਦਾਰ ਵੀ ਹੋ ਜਾਏਗਾ। ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਕਮੈਂਟ ਕਰਕੇ ਵੀ ਆਪਣੇ ਸੁਝਾਅ ਮੇਰੇ ਨਾਲ ਜ਼ਰੂਰ ਸਾਂਝੇ ਕਰਨਾ। ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ, ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।